بسم الله الرحمن الرحيم. السلام عليكم ورحمة الله وبركاته. الله تعالى بيك. بہت بڑی نعمت، ان نعمت نو اسی زحمت نہ مانگی، یہ نو نعمت ہی رہن دی. ਸਾਨ ਦੋਸਤੋ, ਇਹ ਮੌਸਮ ਹੁਣ ਸਾਡਾ ਸਟਰਾਬਰੀ ਦਾ ਹੁੰਦਾ। ਸਟਰਾਬਰੀ ਬਹੁਤ ਬਿਹਤਰੀਨ ਫਲ, ਸਟਰਾਬਰੀ ਇੰਨੀ ਕੁ ਸਪਰੇਆਂ ਖਾਦ ਇੰਨੀ ਪਾਈ ਜਾਂਦੀ ਹੈ, ਜ਼ਹਿਰ ਖਾਦ, ਉਹਦਾ ਜ਼ਾਇਕਾ ਹੀ ਚੇਂਜ। ਅਕਸਰ ਮਾਰਕੀਟ ਵਿੱਚ ਦੇਖੋ, ਸਟਰਾਬਰੀ ਦਾ ਜਦੋਂ ਮੌਸਮ ਹੁੰਦਾ ਤੇ ਉਹਦਾ ਜ਼ਾਇਕਾ ਹੀ ਨਹੀਂ ਆ। ਜਦਕਿ ਇਹ ਸਟਰਾਬਰੀ ਬਹੁਤ ਮਿੱਠੀ ਹੁੰਦੀ ਹੈ, ਬਹੁਤ ਬਿਹਤਰੀਨ ਇਹਦਾ ਜ਼ਾਇਕਾ। ਦੋਸਤੋ, ਇੱਕ ਦੇਖਣ ਦੇ ਬਾਵਜੂਦ ਵੀ ਅਸੀਂ ਉਸ ਕੰਮ ਨੂੰ ਨਹੀਂ ਛੱਡਦੇ, ਹਾਲਾਂਕਿ ਸਾਨੂੰ ਇਹਦੇ ਵਿੱਚ ਫਾਇਦਾ ਘਾਟਾ ਤੇ ਨੁਕਸਾਨ ਜ਼ਿਆਦਾ। ਉਹ ਆਪਣੇ ਨੁਕਸਾਨ ਨੂੰ ਤਾਂ ਦੇਖਦੇ ਨਹੀਂ, ਅਸੀਂ ਫਾਇਦੇ ਨੂੰ ਸਿਰਫ ਦੇਖਦੇ। ਹਰ ਦਿਨ ਉਹਨੂੰ ਸਪਰੇਅ ਕੀਤੀ ਜਾਂਦੀ ਖਾਦ ਦੀ, ਜਦਕਿ ਇਹ ਔਰਗੈਨਿਕ ਨੈਚੁਰਲ ਆ, ਕੁਦਰਤੀ ਆ, ਇਹਦਾ ਜ਼ਾਇਕਾ ਬਹੁਤ ਬਿਹਤਰੀਨ ਹੈ। ਦੋਸਤੋ, ਇਹ ਕੁਛ ਅਰਸਾ ਪਹਿਲਾਂ ਸਵਾਦ ਦੇ ਇਲਾਕੇ 'ਚ ਇਹ ਸਟਰਾਬਰੀ ਹੁੰਦੀ ਸੀ, ਜਿਹੜੀ ਬੜੇ ਬੜੇ ਹੋਟਲਾਂ ਲਾ ਕੇ ਮਿਲਦੀ ਹੁੰਦੀ ਸੀ, ਬੜੀ ਮਹਿੰਗੀ ਹੁੰਦੀ ਸੀ। ਇਹ ਹੁਣ ਆਮ ਹੋ ਗਈ ਆ, ਮਗਰ ਆਮ ਖੂਨ ਦੇ ਬਾਵਜੂਦ ਵੀ ਬਹੁਤ ਹੀ ਜ਼ਹਿਰ ਬਣਾ ਦਿੰਦੀ। ਜਦਕਿ ਸਾਡੇ ਬੱਚੇ ਵੀ ਖਾਂਦੇ ਆ, ਵੱਡੇ ਵੀ ਖਾਂਦੇ ਆ, ਅਕਸਰ ਦੁੱਧ ਦੇ ਵਿੱਚ ਪਾ ਕੇ ਜਿਹੜੀ ਮਿਲਕ ਸ਼ੇਕ ਬਣਾਈ ਜਾਂਦੀ ਹੈ ਤੇ ਇਹਦਾ ਜ਼ਾਇਕਾ ਖਰਾਬ। ਦੋਸਤੋ, ਥੋੜ੍ਹਾ ਜਿਹਾ ਆ ਮੇਰੀ ਵੀਡੀਓ ਨੂੰ ਤੁਸੀਂ ਗੌਰ ਕਰੋ ਔਰ ਇਹਨੂੰ ਇਸ ਹਿਸਾਬ ਨਾਲ ਮੈਂ ਹੈਗਾ, ਇਸ ਹਿਸਾਬ ਨਾਲ ਕਰਕੇ ਦੇਖੋ, ਤੁਹਾਨੂੰ ਦੇਖੋ ਕਿੰਨਾ ਫਾਇਦਾ ਹੋਊ। ਇਹ ਠੰਡੇ ਇਲਾਕੇ ਦਾ ਫਲ ਨਹੀਂ ਗਾ, ਇਹ ਉਸ ਹਰ ਇਲਾਕੇ 'ਚ ਹੋ ਸਕਦਾ ਜਿਸ ਇਲਾਕੇ 'ਚ ਤੁਸੀਂ ਨਮੀ ਰੱਖ ਸਕਦੇ। ਇਸ ਬੂਟੇ ਦੀ, ਇਸ ਫਸਲ ਦੀ ਜ਼ਮੀਨ ਦੇ ਵਿੱਚ ਨਮੀ ਰੱਖਣੀ ਜ਼ਰੂਰੀ ਹੈ, ਨਮੀ ਰੱਖਣੀ ਜ਼ਰੂਰੀ ਆ। ਜ਼ਮੀਨ ਨਰਮ ਹੋਵੇ, ਜਿਸ ਜ਼ਮੀਨ ਦੇ ਵਿੱਚ ਨਮੀ ਹੋਏਗੀ ਉਹ ਜ਼ਮੀਨ ਨਰਮ ਹੋਏਗੀ। ਸਾਡੇ ਜਿਹੜੇ ਜਿੰਨੇ ਵੀ ਆ ਜਨੂਬੀ ਪੰਜਾਬ ਦੇ ਇਲਾਕੇ ਆ, ਸਾਰੇ ਇਲਾਕਿਆਂ 'ਚ ਸਟਰਾਬਰੀ ਬੜੀ ਬਿਹਤਰੀਨ ਹੋ ਸਕਦੀ, ਕਿਉਂਕਿ ਇਹ ਸਾਡੀ ਜਿਹੜੀ ਬਹਾਵਲਪੁਰ, ਬਹਾਵਲ ਨਗਰ, ਪੱਖਰ, ਲਈਆ, ਇਹਨਾਂ ਦੀ ਜ਼ਮੀਨ ਬਹੁਤ ਨਰਮ। ਤਰੀਕਾ ਜੋ ਲਾਉਣ ਦਾ ਇਹ ਆ, ਡ੍ਰਿਪ ਇਰੀਗੇਸ਼ਨ ਵਾਲੇ, ਇਹ ਹਲ ਜਿਹੜਾ ਵਾ ਡ੍ਰਿਪ ਇਰੀਗੇਸ਼ਨ ਨਾਲ ਬਹੁਤ ਬਿਹਤਰੀਨ ਹੁੰਦਾ। ਹਰ ਵਕਤ ਜ਼ਮੀਨ ਦੇ ਵਿੱਚ ਨਮੀ ਰਹਿਣੀ ਚਾਹੀਦੀ ਹੈ, ਹਰ ਵਕਤ ਇਹਦੇ ਵਿੱਚ ਗਿੱਲ ਰਹਿਣੀ ਚਾਹੀਦੀ ਹੈ। ਜਿੰਨੀ ਗਿੱਲ ਰਹੇਗੀ ਉਨੇ ਇਹ ਬੂਟੇ ਜ਼ਿਆਦਾ ਬਣਾਏਗੀ। ਜਿਹੜੇ ਮਦਰ ਪਲਾਂਟ ਆ ਉਹਦੀ ਉਹ ਇੱਕ ਜੜ ਨਿਕਲਦੀ ਹੈ, ਗਾਂ ਤੋਂ ਗਾਂ ਜੜ ਨਿਕਲਦੀ ਹੈ, ਜਿਹੜੀ ਗਾਂ ਫੋੜ ਕਰਦੀ ਆ। ਸਾਡੇ ਜਿਹੜੇ ਨਾ ਖੱਬਲ ਘਾਹ ਜਾਂ ਜ਼ਮੀਨ ਦੇ ਉੱਤੇ ਘਾਹ ਨਹੀਂ ਲੱਗਾ ਦੇਖਿਆ ਕਰੀ, ਉਹਦੀ ਜੜ ਗਾਂ ਗਾਂ ਤੋੜਦੀ ਜਾਂਦੀ, ਉੱਥੋਂ ਜਿੱਥੇ ਇਹਦੀ ਗੰਢ ਆਉਂਦੀ ਹੈ ਉੱਥੇ ਫੁੱਟਦੀ ਜਾਂਦੀ ਹੈ। ਇਹ ਉਹ ਚੀਜ਼ ਹੈ ਤੇ ਇਹਨੂੰ ਵਰਮਿੰਗ ਕੰਪੋਜ਼ ਸਾਡੇ ਜਗ੍ਹਾ ਜਗ੍ਹਾ ਬਣਦਾ ਵਾ, ਇਹਨੂੰ ਵਰਮਿੰਗ ਕੰਪੋਜ਼ ਪਾਓ, ਖਾਦ ਬਿਲਕੁਲ ਬਣਾ ਪਾਓ।
ਸਪਰੇਅ ਦੀ ਜ਼ਰੂਰਤ ਆ ਇਹਨੂੰ ਪੱਤਿਆਂ ਨੂੰ ਬਣਾ ਕੇ ਖਾਦ ਸਪਰੇ ਉਹ ਪਾਓ ਪੱਤੇ ਕਾਹਦੇ ਰਿੰਡ ਕਨੀਰ ਨਿੰਮ ਅੱਕ ਇਹ ਪੱਤੇ ਹਰ ਜਗ੍ਹਾ ਲੱਭ ਜਾਂਦੇ ਇਹਨੂੰ ਬੈਸਟ ਦੀ ਕੱਪੋ ਦੇ ਵਿੱਚ ਬਣਾ ਕੇ ਇਹਨੂੰ ਇਹਦੀ ਇਹਦੀ ਸਪਰੇ ਕਰੋ ਅਗਰ ਤੁਸੀਂ ਇਹਦੇ ਬਹੁਤੀ ਹਰਿਆਲੀ ਲੈਣੀ ਆ ਰਾਤ ਨੂੰ ਪਾਥੀਆਂ ਭੇਜ ਕੇ ਰੱਖ ਦਿਓ ਪੁਰਾਣੀਆਂ ਪਾਥੀਆਂ ਲਓ ਜਿਹੜੀਆਂ ਇੱਕ ਸਾਲ ਪੁਰਾਣੀਆਂ ਹੋ ਉਹਨਾਂ ਨੂੰ ਭੇਜ ਦਿਓ ਕਿਸੇ ਬੋਰੇ 'ਚ ਪਾ ਕੇ ਉਹਨੂੰ ਭੇਜ ਦਿਓ ਸਵੇਰੇ ਉੱਠੋ ਪਾਥੀਆਂ ਵਿੱਚੋਂ ਕੱਢ ਲਓ ਉਹ ਗੋਬਰ ਬਣਿਆ ਹੋਏਗਾ ਉਸ ਪਾਣੀ ਦੀ ਉਸ ਪਾਣੀ ਵਿੱਚ ਹੋਰ ਓਨਾ ਹੀ ਪਾਣੀ ਮਾਰੋ ਉਹਦੀ ਸਪਰੇ ਰੋਜ਼ਾਨਾ ਸਪਰੇ ਕਰੋ ਦੇਖੋ ਤੁਹਾਡਾ ਫਲ ਵੀ ਕਿੰਨਾ ਲੰਘਦਾ ਬੂਟੇ ਵੀ ਕਿੰਨੇ ਹੁੰਦੇ ਆ ਪਰ ਫਲ ਝੜੇਗਾ ਵੀ ਨਹੀਂ ਜਿਹੜੀ ਚੀਜ਼ ਸਾਡੀ ਫਲ ਦੇ ਵਿੱਚ ਮਿਠਾਸ ਪੈਦਾ ਕਰਦੀ ਹੈ ਜਿਹੜੀ ਸ਼ਹਿਦ ਵਾਲੀ ਤਿੱਤਲੀ ਜੁਗਨੂ ਕਹਿਣਾ ਇਹ ਸਾਡੇ ਫਲ ਦੇ ਵਿੱਚ ਮਿਠਾਸ ਪੈਦਾ ਕਰਦੇ ਆ ਜਿਹੜੇ ਅਸੀਂ ਸਪਰੇਅ ਕਰਕੇ ਇਹਨਾਂ ਨੂੰ ਮਾਰ ਦਿੰਦੇ ਹਾਂ ਦੋਸਤੋ ਇਸ ਸਪਰੇਅ ਤੋਂ ਪੁੱਛੋ ਔਰਗੈਨਿਕ ਕਰੋ ਇਹ ਤੁਸੀਂ ਤਰੀਕਾ ਅਪਣਾ ਕੇ ਦੇਖੋ ਤੁਹਾਡੀ ਜਿਹੜੀ ਜਿਹੜੀ ਫਲ ਸਭ ਸਬਜ਼ੀ ਜਿਹੜਾ ਫਰੂਟ ਆ ਜਿਹੜੀ ਸਟਾਵਰੀ ਆ ਇਹ ਦੂਸਰਿਆਂ ਤੋਂ ਮਹਿੰਗੀ ਵਿਕੀ ਔਰ ਉਹਦਾ ਜ਼ਾਇਕਾ ਬੜਾ ਬਿਹਤਰੀਨ ਹੋਏਗਾ ਨਾ ਖਾਦ ਪਾਓ ਨਾ ਕੈਮੀਕਲ ਸਪਰੇਅ ਕੋਈ ਕਰੋ ਅਤੇ ਜਿਹੜੀ ਤੁਹਾਨੂੰ ਇਹ ਸਪਰੇਅ ਮੈਂ ਦੱਸਦੀਆਂ ਇਹਦੀ ਸਪਰੇਅ ਕਰੋ ਇਹ ਬਰਮੀ ਕੰਪੋਜ ਪਾਓ ਇਹ ਇਹਨਾਂ ਦੇਖੋ ਤੁਹਾਡਾ ਫਲ ਵੀ ਕਿੰਨਾ ਹੋ ਫਿਰ ਇਹ ਕਿ ਤੁਹਾਨੂੰ ਅਗਰ ਤੁਸੀਂ ਇਹਦੇ ਇਹਨੂੰ ਕੁਛ ਕਨਾਲ ਦੋ ਕਨਾਲਾਂ ਲਾ ਕੇ ਇਹਨੂੰ ਟ੍ਰਿਪ ਇਰੀਗੇਸ਼ਨ ਹਰ ਵੇਲੇ ਚੱਲਦਾ ਰਹੇ ਅਤੇ ਤੁਹਾਡੇ ਤੁਹਾਨੂੰ ਬਾਹਰੋਂ ਤੁਹਾਨੂੰ ਦੂਸਰੇ ਪਾਸੇ ਜਾ ਕੇ ਪਨੀਰੀ ਨਹੀਂ ਲੈਣੇ ਪੈਣੇ ਤੁਹਾਨੂੰ ਬੂਟੇ ਨਹੀਂ ਲੈਣੇ ਪੈਣਗੇ ਤੁਹਾਡੇ ਆਪਣੇ ਬੂਟੇ ਹੋਣਗੇ ਤੁਸੀਂ ਇਸ ਇਹਨੂੰ ਆਪਣੇ ਬਣਾਓ ਆਪਣੀ ਪਨੀਰੀ ਬਣਾਓ ਕੋਈ ਐਸਾ ਇਲਾਕਾ ਨਹੀਂ ਗਾ ਜਿੱਥੇ ਜਿਹੜੀ ਜਿਹੜੀ ਸਬਜ਼ੀ ਜਿਹੜੀ ਜਿਹੜਾ ਫਲ ਜਿਹੜਾ ਨਹੀਂ ਹੁੰਦਾ ਸਾਡਾ ਠੰਡੇ ਇਲਾਕੇ ਹੀ ਹੁੰਦਾ ਗਰਮ ਇਲਾਕੇ ਹੀ ਹੁੰਦਾ ਸਭ ਤੋਂ ਜ਼ਰੂਰੀ ਹੈਗੀ ਹੈ ਕਿਉਂਕਿ ਉਸ ਜਿਹੜਾ ਇਲਾਕਾ ਵਾ ਸਵਾਦ ਜਾਂ ਮਰਦਾਨ ਜਿਹੜਾ ਇਲਾਕਾ ਵਾ ਉਹਦੇ ਵਿੱਚ ਹਰ ਵੇਲੇ ਉਹ ਨਵੀਂ ਰਹਿੰਦੀ ਹੈ ਪਾਣੀ ਚੱਲਦਾ ਰਹਿੰਦਾ ਉੱਥੇ ਚਸ਼ਮਿਆਂ ਦਾ ਪਾਣੀ ਚੱਲਦਾ ਵਾ ਉਹਦੀ ਵਜ੍ਹਾ ਨਾਲ ਸਾਰੇ ਜ਼ਮੀਨ ਦੇ ਵਿੱਚ ਨਵੀਂ ਰਹਿੰਦੀ ਹੈ ਇਸ ਕਰਕੇ ਉੱਥੇ ਜ਼ਿਆਦਾ ਅਤੇ ਇਹ ਇਸ ਅਸੀਂ ਤੁਸੀਂ ਵੀ ਕਰ ਸਕਦੇ ਹੋ ਦੋਸਤੋ ਇਹ ਚੀਜ਼ਾਂ ਨੂੰ ਤੁਸੀਂ ਅਪਣਾਓ ਕੁਦਰਤੀ ਚੀਜ਼ ਨੂੰ ਉਹਨੂੰ ਜਾਇਆ ਨਾ ਕਰੋ ਉਹਨੂੰ ਤੁਸੀਂ ਜ਼ਹਿਮਤ ਨਾ ਬਣਾਓ ਉਹਨੂੰ ਰਹਿਮਤ ਬਣਾਓ ਉਹ ਤੁਹਾਨੂੰ ਫਾਇਦਾ ਦੇ ਨੁਕਸਾਨ ਨਾ ਦੇ ਵਾਹ